ਮੇਰੇ ਬੱਚੇ ਪੜ੍ਹ ਕੇ ਵੀ ਇੱਥੇ ਦਿਲਚਸਪੀ ਇਹ ਲੈ ਰਹੇ ਹੈ ਕਿ ਅਸੀਂ ਤਾਂ ਖੇਤੀ ਕਰਨੀ ਹੈ। ਜ਼ਿਲ੍ਹਾ ਮੋਗਾ ਦੇ ਪਿੰਡ ਸਾਫੂਵਾਲਾ ਦਾ ਨੌਜਵਾਨ ਨੌਕਰੀ ਛੱਡ ਕੇ ਖੇਤੀ ਕਰ ਰਿਹਾ ਹੈ। MSc ਦੀ ਡਿਗਰੀ ਤੋਂ ਬਾਅਦ ਹੀ ਨੌਕਰੀ ਕਰਦੇ ਹੋਏ ਕਰਨਵੀਰ ਸਿੰਘ ਗਿੱਲ ਨੇ ਖੇਤੀ ਕਰਨ ਦਾ ਫੈਸਲਾ ਲਿਆ। ਹੁਣ ਉਹ ਰਵਾਇਤੀ ਖੇਤੀ ਤੋਂ ਲਾਂਭੇ ਹਟ ਕੇ ਖੇਤੀ ਕਰ ਰਿਹਾ, ਜਿਸ ਵਿੱਚ ਨਾ ਤਾਂ ਕੈਮੀਕਲ ਕੀਟਨਾਸ਼ਕਾਂ ਦਾ ਛਿੜਕਾਅ ਹੁੰਦਾ ਤੇ ਨਾ ਹੀ ਕੈਮੀਕਲ ਖਾਦ ਦੀ ਵਰਤੋਂ, ਤੇ ਨਾਲ ਹੀ ਚੰਗਾ ਕਮਾਉਣ ਦਾ ਦਾਅਵਾ ਵੀ ਕਰਦੇ ਨੇ। ਜਿਹੜੀ ਸਾਡੇ ਕੋਲ ਬੇਹੀ ਲੱਸੀ ਬਚ ਜਾਂਦੀ ਹੈ, ਅਸੀਂ ਉਹਨੂੰ ਇੱਕ ਵੱਡੇ ਭਾਂਡੇ ਦੇ ਵਿੱਚ ਜਮ੍ਹਾਂ ਕਰਦੇ ਰਹਿੰਦੇ ਹਾਂ, ਔਰ ਉਹਦੇ 'ਚ ਕਾਪਰ ਦੇ ਜੋ ਵੀ ਸਾਡੇ ਕੋਲ ਹੁੰਦਾ ਤਾਂ ਉਹ ਗੜਵੀ ਹੋਈ ਜਾਂ ਕੁਛ ਹੋਰ ਸਮਾਨ ਹੁੰਦਾ ਤਾਰਾਂ ਵਗੈਰਾ, ਅਸੀਂ ਸਿੱਟ ਦਿੰਦੇ ਹਾਂ ਉਹਦੇ ਵਿੱਚ, ਜਾਂ ਉਹ ਵਿਦ ਡਿਊ ਪ੍ਰੋਸੈਸ ਜਦੋਂ ਉਹਦੀ ਫਰਮੈਂਟੇਸ਼ਨ ਹੋ ਜਾਂਦੀ ਹੈ ਕਾਪਰ ਆਕਸੀਕਲੋਰਾਈਡ ਬਣ ਜਾਂਦਾ, ਅਤੇ ਉਹ ਇੱਕ ਐਂਟੀ ਫੰਗਸ ਬਹੁਤ ਵਧੀਆ ਦਵਾਈ ਤਿਆਰ ਹੋ ਜਾਂਦੀ। ਉਹ ਓਨਾ ਹੀ ਅਸਰ ਕਰਦੀ ਹੈ ਜਿੰਨਾ ਆਪਾਂ ਬਾਜ਼ਾਰਾਂ 'ਚੋਂ ਲੈ ਕੇ ਨਵੀਨ ਨਾਸ਼ਕ ਕੀਟਨਾਸ਼ਕ ਛਿੜਕਾਅ ਕਰਦੇ ਮਹਿੰਗੇ? ਕਾਫੀ ਅੱਛਾ ਰਿਜ਼ਲਟ ਹੈ ਜੀ ਉਹਦਾ, ਕਾਫੀ ਅੱਛਾ ਰਿਜ਼ਲਟ ਹੈ ਉਹਦਾ। ਜਦੋਂ ਇਹ ਖੇਤੀ ਕਰਨ ਲੱਗਿਆ, ਸਭ ਤੋਂ ਜ਼ਰੂਰੀ ਪੱਖ ਇਸ ਖੇਤੀ ਦਾ ਇਹ ਹੈ ਕਿ ਜਦੋਂ ਤੁਸੀਂ ਇਹ ਖੇਤੀ ਕਰਨੀ ਹੈ MRL 'ਤੇ ਕਰਨੀ, ਮਿਨੀਮਮ ਰੈਜੀਡਿਊ ਲੈਵਲ 'ਤੇ ਕਰਨੀ ਆ, ਤਾਂ ਤੁਹਾਨੂੰ ਇੱਕ ਜਿਹੜਾ ਖੇਤੀ ਹੈ ਇੱਕ ਔਰਗਨਾਈਜ਼ਡ ਸੈਕਟਰ ਵਾਂਗੂ ਤੁਹਾਨੂੰ ਕਰਨੀ ਪੈਣੀ ਹੈ, ਜਿਹਦੇ 'ਚ ਤੁਸੀਂ ਹਰ ਚੀਜ਼ ਦਾ ਹਿਸਾਬ ਕਿਤਾਬ ਰੱਖਣਾ, ਤੁਹਾਡਾ ਕਿੰਨਾ ਖਰਚਾ ਹੋ ਰਿਹਾ, ਕੀ ਪੈਦਾਵਾਰ ਹੋ ਰਹੀ ਹੈ, ਠੀਕ ਹੈ। ਐਟ ਦਾ ਐਂਡ ਆਫ ਦਾ ਡੇ ਜਦੋਂ ਤੁਹਾਡੀ ਫਸਲ ਤੁਸੀਂ ਆਪਦੀ ਏਜੰਟਸ ਤੁਹਾਡੀ ਤਿਆਰ ਹੋਊਗੀ ਵਿਕੂਗੀ, ਤੁਹਾਨੂੰ ਪਤਾ ਲੱਗ ਜੂਗਾ ਵੀ ਤੁਸੀਂ ਕਿੰਨਾ ਤੁਹਾਡਾ ਮੁਨਾਫਾ ਹੋਇਆ। ਸਿਰਫ ਕਰਨਵੀਰ ਸਿੰਘ ਹੀ ਨਹੀਂ, ਸਗੋਂ ਇਹਨਾਂ ਦਾ ਪਰਿਵਾਰ ਕਾਫੀ ਸਮੇਂ ਤੋਂ ਖੇਤੀਬਾੜੀ ਦੇ ਨਾਲ ਜੁੜਿਆ, ਪਰ ਪਿਛਲੇ 5-6 ਸਾਲਾਂ ਤੋਂ ਕੀਟਨਾਸ਼ਕ ਰਹਿਤ ਖੇਤੀ ਕਰ ਰਹੇ ਨੇ। ਉਹ ਕਾਲੇ ਛੋਲੇ, ਦਾਲਾਂ, ਕਣਕ, ਬਾਸਮਤੀ, ਗੰਨਾ ਅਤੇ ਆਲੂ ਦੀ ਖੇਤੀ ਕਰ ਰਹੇ ਨੇ। ਸਾਰੀਆਂ ਚਿੰਤਾ ਤਾਂ ਇਸ ਗੱਲ 'ਤੇ ਆ ਵੀ ਜਿਹੜੀਆਂ ਇੰਨੀਆਂ ਬਿਮਾਰੀਆਂ ਫੈਲ ਰਹੀਆਂ, ਉਹਨਾਂ 'ਚ ਜ਼ਹਿਰਾਂ ਦੇ ਖੂਨ ਦੇ ਵਿੱਚ ਜ਼ਹਿਰਾਂ ਦਾ ਅਸਰ ਆ ਰਿਹਾ, ਅਤੇ ਇਸ ਕਰਕੇ ਥੋੜ੍ਹਾ ਜਿਹਾ ਸੋਚ ਕੇ ਕਿ ਯੂਨੀਵਰਸਿਟੀ ਜਿਵੇਂ ਕਹਿ ਰਹੀ ਹੈ ਤਾਂ ਕਿਉਂ ਨਾ ਹੋਵੇ, ਜੇ ਅਸੀਂ ਖੇਤੀ ਕਰਨੀ ਹੈ ਉਹਦੇ ਨਾਲ ਜ਼ਹਿਰ ਮੁਕਤ ਖੇਤੀ ਵਾਲੇ ਪਾਸੇ ਨੂੰ ਤੁਰ ਗਏ, ਤਾਂ ਕਿ ਲੋਕਾਂ ਨੂੰ ਇਸ ਤੋਂ ਵਧੀਆ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਹੋਣ। ਮੈਂ ਐਗਰੀਕਲਚਰ ਸੈਕਟਰ ਅਤੇ ਐਨੀਮਲ ਹਸਬੈਂਡਰੀ ਸੈਕਟਰ ਦੀ ਜਿਹੜੀ ਇੰਟੀਗ੍ਰੇਸ਼ਨ ਨਾਲ ਜਿਹੜੇ ਪ੍ਰੋਫੈਸ਼ਨਲ ਓਪਰਚੁਨਿਟੀਜ਼ ਕ੍ਰੀਏਟ ਹੋ ਰਹੀਆਂ ਉਹਨਾਂ ਵੱਲ ਮੇਰਾ ਬਹੁਤ ਹੀ ਖਾਸ ਧਿਆਨ ਆ, ਅਤੇ ਇਹਨਾਂ ਨੂੰ ਮੈਂ ਇੱਕ ਵਧੀਆ ਕਰੀਅਰ ਓਪਰਚੁਨਿਟੀ ਮੰਨਦਾ, ਅਤੇ ਕਿਉਂਕਿ ਮੇਰੇ ਕੋਲ ਇੱਕ ਬੇਸ ਹੈ, ਸਾਰਾ ਖੇਤ ਹੈ, ਮੈਂ ਘਰ ਪਰਿਵਾਰ ਨਾਲ, ਘਰ ਪਰਿਵਾਰ ਦਾ ਵੀ ਇਹਨਾਂ ਨਾਲ ਇਸ ਕਿੱਤੇ ਨਾਲ ਕਾਫੀ ਪੁਰਾਣਾ ਸੰਬੰਧ ਆ, ਇਸ ਲਈ ਮੈਂ ਇਸ ਦੇ ਵਿੱਚ ਆਪਣਾ ਵਧੀਆ ਕਰੀਅਰ ਓਪਰਚੁਨਿਟੀ ਨੂੰ ਦੇਖ ਕੇ ਅਤੇ ਇਸ ਵੱਲ ਕਾਫੀ ਉਤਸ਼ਾਹਿਤ ਹਾਂ ਕਿ ਆਪਦੀ ਡਿਗਰੀ ਪੂਰੀ ਹੋਣ ਤੋਂ ਬਾਅਦ ਮੈਂ ਇਸ ਕਿੱਤੇ ਨਾਲ ਜੁੜਨਾ ਚਾਹੁੰਦਾ। ਆਹ ਸਾਡੀ ਮੱਕੀ ਹੈ ਜੀ, ਜਿਹੜੀ ਅਸੀਂ ਘਰ ਦੀ ਮੱਕੀ ਤਿਆਰ ਕਰਕੇ ਅਤੇ ਆਪਦੇ ਸਟੋਰ 'ਤੇ ਮੱਕੀ ਦਾ ਆਟਾ ਬੀਜਦੇ। ਇਹ ਪਰਿਵਾਰ ਸੰਤੁਸ਼ਟ ਹੈ ਕਿ ਘੱਟ ਖਰਚ ਕਰਕੇ ਉਗਾਈ ਫਸਲ ਦੇ ਨਾਲ ਉਹ ਕੁਦਰਤ ਦੇ ਨੇੜੇ ਨੇ, ਅਤੇ ਉਹ ਫਸਟ ਕਲਾਸ ਅਫਸਰ ਜਿੰਨਾ ਕਮਾਉਣ ਦਾ ਦਾਅਵਾ ਵੀ ਕਰਦੇ ਨੇ।